ਸਤਿ ਸ਼੍ਰੀ ਅਕਾਲ ਜੀ, ਮੈਂ ਆਪਣੀ ਬੇਬੇ ਦਾ ਆਪਣਾ ਪੰਜਾਬੀ ਸੋਫੀ, ਅਤੇ ਅੱਜ ਮੇਰੇ ਨਾਲ ਨੇ ਸਪੈਸ਼ਲ ਗੈਸਟ ਤਾਰਿਆਂ ਦੇ ਦੇਸ਼ ਤੋਂ ਮੈਡਮ ਮਨਪ੍ਰੀਤ ਕੌਰ ਜੀ। ਮੈਡਮ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਮੈਡਮ ਪਿੰਡ ਕਿਹੜਾ ਤੁਹਾਡਾ? ਪਿੰਡ ਜੀ ਸਾਡਾ ਤਾਰਿਆਂ ਦਾ ਦੇਸ਼, ਵਿਲੇਜ ਕੈਰੋ, ਡਿਸਟ੍ਰਿਕਟ ਹੁਸ਼ਿਆਰਪੁਰ। ਓਹ, ਕੁੜੀ ਗਿਟਾਰ ਸਿੱਖਣ ਆਈ ਲੱਗਦਾ। ਹਾਂ ਯਾਰ, ਕੁੜੀ ਆਈ। ਓਹ ਪ੍ਰਭ ਗਿੱਲ, ਓ ਲੁਕਿੰਗ ਔਸਮ। ਹਾਂ ਭਾਈ, ਵਾਹ, ਕਿਆ ਹੇਅਰ ਸਟਾਈਲ ਹੈ ਮੁੰਡੇ ਦਾ। ਉਹ ਇੱਕ ਤੋਂ ਦੋ ਆਈਬ੍ਰੋ ਕਰਾ ਲੈਣਾ, ਹੁਣ ਜ਼ਿਆਦਾ ਵਧੀਆ ਲੱਗਣ ਲੱਗ ਗਏ। ਭਾਜੀ ਤੁਸੀਂ ਸੋਹਣੇ ਹੋ ਜੀ, ਬੜੇ ਜ਼ਿਆਦਾ। ਉਹ ਕੁੜੀ ਤੋਂ ਪੈਨ ਮੰਗ ਲੈਂਦਾ? ਓਹੋ, ਵਾਹ ਵਾਹ, ਦੇ ਦਿਓ ਮੈਨੂੰ ਪੇਜ, ਲਿਖਾਂ ਮੈਂ ਲੇਖ। ਵਾਹ 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 ਵਾਹ, ਰਾਈਟਿੰਗ ਸੋਹਣੀ ਭਾਜੀ ਦੀ। ਹਾਂ ਹਾਂ, ਮੋਤੀ ਪਰੋਰੇ ਨੇ। ਉਹ ਕੀ ਸੋਚਣ ਲੱਗ ਗਿਆ? ਓਹੋ, ਲੱਗਦਾ ਸਮੋਸੇ ਖਾਏਗਾ ਬਾਅਦ ਚ। ਆਲੂ ਵਾਲੇ ਕਿਹਨੂੰ ਜੇ ਡੱਬੇ ਹੀ ਜਾਂਦਾ ਕੰਟੀਨ। ਓਹੋ, ਕਿੱਥੇ ਚੱਲਿਆ ਹੁਣ ਮੁੰਡਾ? ਮੈਡਮ ਦੇਖਣ ਡਿਆ, ਗਿਟਾਰ ਸਿਖਾਏਗਾ। ਮੈਡਮ ਦਾ ਗਿਟਾਰ ਪਿੰਕ 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 ਬੁੱਲੀ। ਚਲੋ ਇਕੱਠੇ ਹੋ ਜਾਂਦੇ ਹਾਂ, ਇੱਥੇ ਉਂਗਲਾਂ ਰੱਖੋ, ਮੈਂ ਦੇਖ ਲੈਂਦਾ। ਵਾਹ ਵਾਹ, ਕੀ ਐਟਮੋਸਫੇਅਰ ਬਣ ਗਿਆ, ਰੋਮਾਂਟਿਕ। ਸੋ ਸੋ ਹੈਲੋ ਵੀ, ਹੈਲੋ। ਵੈਸੇ ਕੁੜੀ ਦਾ ਵੀ ਹੇਅਰ ਸਟਾਈਲ ਘੱਟ ਨਹੀਂ ਹੈਗਾ ਨਾ, ਬੜਾ ਸੋਹਣਾ ਹੈ। ਅਗਲੀ ਵਾਰ ਅਸੀਂ ਵੀ ਕਰਾਵਾਂਗੇ। ਹਾਂ, ਮੁੰਡੇ ਦੇ ਲਾਲ ਵਾਲ, ਮੁੰਡੇ ਦੇ ਲਾਲ ਵਾਲ, ਕੁੜੀ ਦੇ ਪੀਲੇ। ਓਏ, ਫੁੱਲ ਨਾਲ ਹੋਰ ਵੀ ਸੋਹਣੇ ਲੱਗਣੇ, ਪਿੰਕ ਪਿੰਕ ਫੁੱਲ। ਪਤਾਸਾ ਖਾ ਲਿਆ ਮੁੰਡੇ ਨੇ, ਮਿੱਠਾ ਮਿੱਠਾ ਦੁੱਧੇਗਾ। ਓਏ, ਤੁਹਾਡੇ ਦਿਨ ਨੇ ਤੁਹਾਡੀਆਂ ਰਾਤਾਂ। ਓਹ ਸਾਈਕਲਿੰਗ, ਵਾਹ ਵਾਹ, ਸਾਈਕਲ ਦੀ ਸਵਾਰੀ, ਗਿਟਾਰ ਤੇ ਨਾਲ ਸਾਈਕਲ। ਮੁੰਡਾ ਅੱਗੇ ਨਿਕਲ ਗਿਆ ਵੇ? ਨਹੀਂ ਨਹੀਂ, ਕੁੜੀ ਜਾਏਗੀ। ਓ ਪੀਲੇ ਐਂਡ ਕਾ ਡਰ ਗਿਆ ਮੁੰਡਾ, ਸ਼ਰਮਾ ਆ ਗਿਆ। ਸ਼ਰਮਾਂਦੇ ਨਹੀਂ ਸਾਡੇ ਪ੍ਰਭ ਗਿੱਲ, ਲੱਗਦਾ ਬਾਅਦ ਚ ਦੇਗਾ। ਵਾਹ ਵਾਹ, ਨਾਈਸ ਪਲੇ। ਤੂੜੀ ਵਾਲ ਪਰ ਇੱਥੇ ਘਰ ਕਿੱਥੇ ਨੇ ਯਾਰ? ਤੂੜੀ ਕਿੱਥੇ? ਉਹ ਇੱਕ ਸੀਨ ਹੋਣਾ ਗੋਆਲ। ਆਹੋ, ਉੱਥੇ ਤੇ ਜਾਣੀ ਹੋਈ, ਉੱਥੇ ਜਾਵਾਂਗੇ। ਕਿਤਾਬਾਂ ਪੜ੍ਹ ਲਓ, ਟੈਟ ਆ ਗਏ। ਆਹੋ, ਉੱਥੇ ਇਹੀ ਪੜ੍ਹਨਾ, ਹਾਊ ਟੂ ਪ੍ਰਪੋਜ਼। ਨਹੀਂ ਲੱਗਦਾ ਚੱਲੀ ਕੁੜੀ ਹੁਣ ਆਪਣੇ ਪਿੰਡ ਵਾਪਸ। ਕਿੱਥੇ? ਮੁੰਡਾ ਤਾਂ ਕੁਛ ਕਹਿੰਦਾ ਨੀ ਪਿਆ, ਰੋਕਦਾ ਹੀ ਨੀ। ਗਿਟਾਰ ਹੀ ਦੇ ਦੋ, ਕਹਿੰਦਾ ਤੇ ਮਹਿੰਗਾ ਲੱਗਦਾ। ਆਪਣੇ ਵਾਲਾ ਦੇ ਦੋ ਭਾਈ। ਭਾਜੀ ਪਿੰਕ ਨੀ ਵਧੀਆ ਲੱਗਦਾ ਕੁੜੀਆਂ ਨਾਲ? ਭਾਜੀ ਲੈ ਲੈ, ਕੋਈ ਗੱਲ ਨੀ, ਪਿੰਕ ਵੀ ਸੋਹਣਾ ਲੱਗਦਾ। ਹਾਂ, ਬਾਏ ਹੋ ਗਈ ਹੁਣ ਤੇ। ਓਹੋ, ਕੁਛ ਕਿਹਾ ਹੀ ਨਹੀਂ, ਜਾਵੇ 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 ਹੁਣ। ਹਾਂ, ਉਹਦੀ ਜੀਪ ਲੈ ਕੇ ਜਾਂਦੇ, ਦੇਖ ਲਓ। ਸੋ ਸੈਡ। ਉਹ ਕੁੜੀ ਨੂੰ ਤਿੰਨ ਅੱਖਰ ਲਿਖੇ, ਭਾਈ ਨੇ ਤਾਂ ਪੇਜ ਹੀ ਭਰਤਾ। ਲੇਖ ਆ ਗਈ, ਆ ਗਈ, ਆ ਗਈ, ਆ ਗਈ। ਓਏ, ਕਹਿੰਦੇ ਇਕੱਠੇ ਹੀ ਜਾਂਦੇ ਆ। ਵਾਹ ਵਾਹ ਵਾਹ, ਇਕੱਲਿਆਂ ਨੇ ਨਹੀਂ ਜਾਣਾ ਤਾਰਿਆਂ ਦੇ। ਕਪਲ ਵੀਜ਼ਾ ਲਵਾ ਕੇ ਜਾਣਾ। ਚਲੋ ਬਈ, ਕਪਲ ਗਾਣਾ ਬਹੁਤ ਵਧੀਆ ਭਾਈ, ਨਾਈਸ, ਬੈਸਟ ਸੀਰਾ।